ਫੱਗਣ ਦੇ ਮਹੀਨੇ ਵਿੱਚ ਉਹ ਮਨੁੱਖ ਉਹ ਜੀਵ ਆਨੰਦ ਮਾਣਦਾ ਹੈ, ਉਹਦੇ ਜੀਵਨ ਵਿੱਚ ਆਨੰਦ ਪੈਦਾ ਹੁੰਦਾ ਹੈ ਜਿਹਦੇ ਹਿਰਦੇ ਘਰ ਵਿੱਚ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਸਤਸੰਗਤ ਜੀ, ਜਿਹੜਾ ਪ੍ਰਗਟ ਸ਼ਬਦ ਹੈ, ਇੱਕ ਪੈਦਾ ਹੋਣਾ ਤੇ ਪ੍ਰਗਟ ਹੋਣਾ ਦੋਨਾਂ ਵਿੱਚ ਫਰਕ ਹੈ। ਪ੍ਰਗਟ ਤੋਂ ਭਾਵ ਜਿਹੜਾ ਪਹਿਲਾਂ ਅੰਦਰ ਹੈ ਉਹਨੂੰ ਪ੍ਰਗਟ ਕਰਨਾ, ਜੋ ਪਹਿਲਾਂ ਮੌਜੂਦ ਹੈ। ਹੁਣ ਇਸ ਗੱਲ ਨੂੰ ਸਮਝਣਾ ਹੋਵੇ, ਜਿਵੇਂ ਧਰਤੀ ਦੇ ਹੇਠਾਂ ਪਾਣੀ ਹੈ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਪੁਰਾਣੇ ਸਮਿਆਂ ਵਿੱਚ ਖੂਹ ਪੁੱਟੇ ਜਾਂਦੇ ਸਨ, ਖੂਹ ਪੁੱਟ ਕੇ ਪਾਣੀ ਪ੍ਰਗਟ ਕਰਦੇ ਸਨ। ਫਿਰ ਹੌਲੀ ਹੌਲੀ ਸਮਾਂ ਬਦਲਿਆ, ਨਲਕੇ ਆ ਗਏ, ਨਲਕੇ ਦੇ ਰਾਹੀਂ ਪਾਣੀ ਨੂੰ ਜ਼ਮੀਨ ਵਿੱਚੋਂ ਪ੍ਰਗਟ ਕਰ ਲਿਆ। ਹੁਣ ਸਮਰਸੀਵਰ ਬੋਰ ਆ ਗਏ ਨੇ ਸਾਡੇ ਕੋਲ ਵੀ ਪਾਣੀ ਧਰਤੀ ਦੇ ਹੇਠਾਂ ਸੀ, ਉਹਨੂੰ ਪ੍ਰਗਟ ਕੀਤਾ। ਇਸੇ ਤਰ੍ਹਾਂ ਗੁਰੂ ਸਾਹਿਬ ਆਖਦੇ ਨੇ, ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਘਰ ਵਿੱਚ ਵਸਿਆ ਹੋਇਆ ਹੈ, ਕਣ ਕਣ ਜਰੇ ਜਰੇ ਵਿੱਚ ਉਹਦਾ ਵਾਸਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਉਹੁਪ ਮਦ ਜਿਉ ਬਾਸ ਬਸਤ ਹੈ ਮੂਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਜਿਵੇਂ ਫੁੱਲ ਦੇ ਅੰਦਰ ਸੁਗੰਧੀ ਹੈ, ਫੁੱਲ ਨਜ਼ਰ ਆਉਂਦਾ ਹੈ, ਫੁੱਲ ਦਿਸਦਾ ਪਰ ਸੁਗੰਧੀ ਸਾਨੂੰ ਨਜ਼ਰ ਨਹੀਂ ਆਉਂਦੀ, ਹੈ ਤਾਂ ਅੰਦਰ ਹੀ ਹੈ। ਉਹਨੂੰ ਸੁਗੰਧੀ ਲੈਣ ਵਾਸਤੇ ਫੁੱਲ ਨੂੰ ਸੁੰਘਣਾ ਪਵੇਗਾ, ਨੱਕ ਦੇ ਕੋਲ ਲਿਆਉਣਾ ਪਵੇਗਾ। ਇੱਕ ਹੋਰ ਬਚਨ ਆਪ ਜੀ ਨਾਲ ਸਾਂਝਾ ਕਰਾਂ, ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ। ਸਤਿਗੁਰੂ ਜੀ ਨੇ ਬੜੀ ਗਹਿਰੀ ਗੱਲ ਸਮਝਾਈ ਹੈ, ਜਿਵੇਂ ਲੱਕੜ ਦੇ ਅੰਦਰ ਅੱਗ ਹੈ, ਦੇਖੋ ਲੱਕੜ ਨਜ਼ਰ ਆ ਰਹੀ ਹੈ, ਅੱਗ ਨਜ਼ਰ ਨਹੀਂ ਆਉਂਦੀ। ਸਗਲ ਦੁੱਧ ਮੈਂ ਘੀਆ, ਦੁੱਧ ਦੇ ਅੰਦਰ ਘਿਓ ਹੈ ਪਰ ਸਾਨੂੰ ਦੁੱਧ ਨਜ਼ਰ ਆਉਂਦਾ ਹੈ। ਘਿਓ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਮਿਹਨਤ ਮਸ਼ਕਤ ਕਰਨੀ ਪੈਣੀ ਹੈ। ਦੁੱਧ ਗਰਮ ਕਰਾਂਗੇ, ਜਾਗ ਲਾਵਾਂਗੇ, ਮਾਤਾਵਾਂ ਭੈਣਾਂ ਜਾਣਦੇ, ਫਿਰ ਦਹੀਂ ਜੰਮੇਗਾ, ਫਿਰ ਉਹਨੂੰ ਰਿੜਕਾਂਗੇ, ਮੱਖਣ ਬਣੇਗਾ। ਮੱਖਣ ਨੂੰ ਗਰਮ ਕਰਕੇ ਫਿਰ ਘਿਓ ਦੀ ਪ੍ਰਾਪਤੀ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਦੁੱਧ ਦੇ ਅੰਦਰ ਘਿਓ ਨਹੀਂ, ਘਿਓ ਦੁੱਧ ਦੇ ਅੰਦਰ ਹੀ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਹਰੇਕ ਹਿਰਦੇ ਘਰ ਵਿੱਚ ਜਿੰਨਾ ਉਹਨੇ ਸੰਸਾਰ ਸਾਜਿਆ, ਸਮਸਤ ਜੀਵਾਂ ਦੇ ਅੰਦਰ ਵਸਿਆ ਹੋਇਆ, ਕਣ ਕਣ ਜਰੇ ਜਰੇ ਵਿੱਚ ਉਹਦਾ ਵਸ ਹੈ, ਉਹ ਗੱਲ ਵੱਖਰੀ ਸਾਨੂੰ ਨਜ਼ਰ ਨਹੀਂ ਆਉਂਦਾ। ਜਦੋਂ ਨਾਮ ਜਪ ਜਪ ਕੇ ਦ੍ਰਿਸ਼ਟੀ ਬ੍ਰਹਮ ਹੁੰਦੀ ਹੈ, ਫਿਰ ਅਵਸਥਾ ਬਣਦੀ ਹੈ, ਮਨੁੱਖ ਜਿੱਧਰ ਵੀ ਵੇਖਦਾ ਹੈ ਫਿਰ ਹਰੀ ਪਰਮਾਤਮਾ ਪ੍ਰਗਟ ਨਜ਼ਰ ਆਉਂਦਾ ਹੈ। ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਹੁਣ ਸਤ ਸੰਗਤ ਜੀ, ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ ਵੀ ਇਸ ਮਹੀਨੇ ਦੇ ਅੰਦਰ ਉਹ ਜੀਵ ਇਸਤਰੀਆਂ, ਉਹ ਜੀਵ ਮਨੁੱਖ ਆਨੰਦ ਮਾਣਦੇ ਨੇ, ਉਹਨਾਂ ਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਹਰੀ ਪਰਮਾਤਮਾ ਪ੍ਰਗਟ ਹੋ ਗਿਆ ਹੈ ਤਾਂ ਅੰਦਰ ਸੀ। ਨਾਮ ਜਪ ਜਪ ਕੇ, ਕਿਉਂਕਿ ਪਹਿਲਾਂ ਅਰਦਾਸਾਂ ਕੀਤੀਆਂ ਆਪਾਂ ਬਾਰਾਂ ਮਾਹ ਵਿੱਚ ਆਪਾਂ ਬਚਨ ਸਰਵਣ ਕੀਤੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਨ। ਪਹਿਲਾਂ ਵਿਛੋੜਾ ਕਰਮਾ ਕਰਕੇ, ਕਿਰਤ ਕਰਕੇ,
ਚਾਰੇ ਪਾਸੇ ਭਟਕ ਕੇ ਹਾਰ ਥੱਕ ਕੇ ਗੁਰੂ ਦੀ ਸ਼ਰਨ ਵਿੱਚ ਆਏ। ਗੁਰੂ ਨੇ ਕਿਰਪਾ ਕੀਤੀ, ਜਿਹੜੀ ਫਿਰ ਨਾਮ ਦੀ ਕਮਾਈ ਕੀਤੀ। ਜਗਿਆਸੂ ਨੇ ਟਿਕ ਕੇ ਸੁਰਤ ਜੋੜ ਕੇ ਸਵਾਸ ਸਵਾਸ ਨਾਮ ਜਪਿਆ ਤੇ ਫਿਰ ਫਲ ਦੀ ਪ੍ਰਾਪਤੀ ਹੋਈ। ਗੁਣ ਰੂਪੀ ਫਲ ਮਿਲਿਆ, ਫਲ ਗੁਣ ਆਨੰਦ ਉਪਾਰਜਨਾ, ਆਨੰਦ ਦੀ ਪ੍ਰਾਪਤੀ ਹੋਈ। ਸਤ ਸੰਗਤ ਜੀ, ਆਨੰਦ ਜਿਹੜਾ ਸ਼ਬਦ ਹੈ ਇਹਦੇ ਵਿਪਰੀਤ ਕੋਈ ਸ਼ਬਦ ਨਹੀਂ ਬਣਿਆ। ਦੇਖੋ ਖੁਸ਼ੀ ਹੈ, ਉਹਦੇ ਵਿਪਰੀਤ ਗਮ ਹੈ। ਅਮੀਰੀ ਹੈ, ਗਰੀਬੀ ਹੈ, ਦਿਨ ਹੈ, ਰਾਤ ਹੈ, ਹਰੇਕ ਸ਼ਬਦ ਦੇ ਵਿਪਰੀਤ ਸ਼ਬਦ ਬਣਿਆ। ਪਰ ਜਿਹੜਾ ਆਨੰਦ ਹੈ ਇਹਦੇ ਵਿਪਰੀਤ ਕੋਈ ਸ਼ਬਦ ਨਹੀਂ ਬਣਿਆ, ਕਿਉਂਕਿ ਇਹ ਆਤਮਕ ਆਨੰਦ ਜਿਹਨਾਂ ਨੂੰ ਆ ਗਿਆ ਫਿਰ ਮੁੜ ਕੇ ਬਿਨਸਦਾ ਕੋਈ। ਖੁਸ਼ੀ ਕੁਝ ਸਮੇਂ ਵਾਸਤੇ ਹੈ, ਕੁਝ ਘੰਟੇ ਵਾਸਤੇ, ਕੁਝ ਦਿਨ ਵਾਸਤੇ, ਕੁਝ ਮਹੀਨਿਆਂ ਵਾਸਤੇ ਖੁਸ਼ੀ ਨੇ ਖਤਮ ਹੋ ਜਾਣਾ। ਪਰ ਜਿਹੜਾ ਆਤਮਕ ਆਨੰਦ ਹੈ ਇਹ ਆ ਕੇ ਫਿਰ ਬਿਨਸਦਾ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ, ਜਿਹਨਾਂ ਨੂੰ 60 ਸਾਲ ਦੀ ਉਮਰ ਵਿੱਚ ਆਨੰਦ ਪ੍ਰਾਪਤ ਹੋਇਆ, ਪੂਰੇ ਗੁਰੂ ਦੇ ਲੜ ਲੱਗੇ, ਉਹਨਾਂ ਨੇ ਫਿਰ ਬਾਣੀ ਦੀ ਰਚਨਾ ਕਰ ਦਿੱਤੀ ਤੇ ਬਾਣੀ ਦਾ ਨਾਂ ਹੀ ਰੱਖ ਦਿੱਤਾ ਆਨੰਦ ਸਾਹਿਬ। ਵਚਨ ਕਰਦੇ ਨੇ ਵੀ ਆਨੰਦ ਮਿਲਦਾ ਕਿਵੇਂ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਵੀ ਪੂਰਾ ਸਤਿਗੁਰੂ ਮਿਲਿਆ ਤੇ ਆਨੰਦ ਦੀ ਪ੍ਰਾਪਤੀ ਹੋ ਗਈ, ਇਹ ਸੱਚ ਹੈ। ਪੂਰੇ ਗੁਰੂ ਨੂੰ ਮਿਲ ਕੇ ਹੀ ਆਨੰਦ ਦੀ ਪ੍ਰਾਪਤੀ ਹੈ, ਕਿਉਂਕਿ ਗੌਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ, ਰੰਚਕ ਮਾਤਰ ਵੀ ਫਰਕ ਨਹੀਂ, ਦੋਨੋਂ ਇੱਕ ਨੇ। ਉਹ ਗੱਲ ਵੱਖਰੀ, ਆਪਾਂ ਸੁਣਦੇ ਹਾਂ ਕੋਈ ਵਧੀਆ ਪ੍ਰਸ਼ਾਦਾ ਛਕਾਦੇ, ਆਪਾਂ ਕਹਿ ਦਿੰਦੇ ਹਾਂ ਵੀ ਪ੍ਰਸ਼ਾਦਾ ਛੱਕ ਕੇ ਆਨੰਦ ਆ ਗਿਆ। ਕੋਈ ਵਧੀਆ ਕਿਸੇ ਦੀ ਕੋਠੀ ਵੇਖੀ, ਆਖਾਂਗੇ ਵੇਖ ਕੇ ਆਨੰਦ ਆ ਗਿਆ। ਵਧੀਆ ਕਿਸੇ ਗੱਡੀ ਵਿੱਚ ਬੈਠੇ ਬਹਿ ਕੇ ਆਖਦਾਂਗੇ ਆਨੰਦ ਆ ਗਿਆ। ਸਤ ਸੰਗਤ ਜੀ, ਉਹ ਆਨੰਦ ਜਦੋਂ ਤੱਕ ਪ੍ਰਸ਼ਾਦਾ ਛੱਕ ਰਿਹਾ ਆਨੰਦ ਹੈ, ਪ੍ਰਸ਼ਾਦਾ ਮੁੱਕ ਗਿਆ ਆਨੰਦ ਮੁੱਕ ਗਿਆ, ਕੋਠੀ ਵਿੱਚੋਂ ਬਾਹਰ ਆ ਗਏ ਥੋੜੀ ਦੂਰੀ ਬਣ ਗਈ ਆਨੰਦ ਮੁੱਕ ਗਿਆ, ਗੱਡੀ ਵਿੱਚੋਂ ਹੇਠਾਂ ਉਤਰ ਕੇ ਆਨੰਦ ਮੁੱਕ ਗਿਆ। ਇਹ ਜਿਹੜੇ ਕਹਿੰਦੇ ਨੇ ਨਾ ਵੀ ਆਨੰਦ ਆ ਗਿਆ, ਇਹ ਝੂਠ ਹੈ। ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛੀਏ ਵੀ ਤੁਸੀਂ ਕਿਹੜੇ ਆਨੰਦ ਦੀ ਗੱਲ ਕੀਤੀ ਹੈ, ਉਹ ਆਨੰਦ ਕਿੱਥੋਂ ਮਿਲਦਾ ਹੈ। ਗੁਰੂ ਸਾਹਿਬ ਆਖਦੇ ਨੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣੇ। ਉਹ ਤਾਂ ਬਥੇਰੇ ਲੋਕ ਕਹਿੰਦੇ ਨੇ ਆਨੰਦ ਹੈ, ਆਨੰਦ ਵਿੱਚ ਆ। ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਇਹ ਸਾਰੇ ਝੂਠ ਬੋਲਦੇ ਨੇ। ਪੂਰਨ ਆਨੰਦ, ਆਤਮਕ ਆਨੰਦ ਗੁਰੂ ਦੇ ਲੜ ਲੱਗਿਆ, ਗੁਰੂ ਦੇ ਚਰਨਾਂ ਨਾਲ ਜੁੜ ਕੇ ਬਾਣੀ ਪੜ੍ਹ ਕੇ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਮਹੀਨੇ ਵਿੱਚ ਕਹਿੰਦੇ ਉਹਨਾਂ ਜਗਿਆਸੂਆਂ ਨੂੰ, ਉਹਨਾਂ ਮਨੁੱਖਾਂ ਨੂੰ ਆਨੰਦ ਦੀ ਪ੍ਰਾਪਤੀ ਹੈ, ਉਹ ਆਨੰਦ ਮਾਣਦੇ ਨੇ, ਉਹਨਾਂ ਨੂੰ ਗੁਣ ਰੂਪੀ ਜਿਹੜਾ ਫਲ ਪ੍ਰਾਪਤ ਹੋਇਆ, ਜਿਹੜਾ ਪਹਿਲਾਂ ਵਿਛੋੜਾ ਸੀ, ਨਾਮ ਜਪ ਕੇ ਜੋ ਮਿਲਾਪ ਦੀ ਦਾਤ ਮਿਲੀ ਹੈ, ਪ੍ਰਭੂ ਚਰਨਾਂ 'ਚ ਜਿਹੜੀ ਅਭੇਦਤਾ ਹੋਈ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਸੱਜਣ ਪ੍ਰਗਟ ਹੋ ਗਏ ਹੈ, ਕਹਿੰਦੇ ਉਹ ਫਿਰ ਆਤਮਕ ਆਨੰਦ ਨੂੰ ਮਾਣਦੇ, ਕਿਉਂਕਿ ਵਿਛੋੜਾ ਦੂਰ ਹੋ ਗਿਆ। ਨਾਮ ਜਪ ਕੇ ਹੀ ਪ੍ਰਭੂ ਚਰਨਾਂ 'ਚ ਅਭੇਦਤਾ ਹੈ, ਨਾਮ ਜਪ ਕੇ ਆਪਾਂ ਦੁੱਖਾਂ ਤੋਂ ਬਚ ਸਕਦੇ ਹਾਂ, ਨਾਮ ਜਪ ਕੇ ਸਾਨੂੰ ਆਤਮਕ ਸੁੱਖ
ਦੀ ਪ੍ਰਾਪਤੀ ਹੋਣੀ। ਅੱਗੇ ਗੁਰੂ ਸਾਹਿਬ ਆਖਦੇ ਨੇ ਇਹ ਜਿਹੜਾ ਆਨੰਦ ਪ੍ਰਾਪਤ ਹੋਇਆ, ਇਹ ਜਿਹੜਾ ਵਿਛੋੜਾ ਬਣਿਆ ਸੀ, ਵਿਛੋੜਾ ਜਿਹੜਾ ਦੂਰ ਹੋਇਆ, ਮਿਲਾਪ ਦੀ ਦਾਤ ਮਿਲੀ ਹੈ, ਅਭੇਦਤਾ ਬਣੀ ਹੈ ਪ੍ਰਭੂ ਚਰਨਾਂ ਵਿੱਚ, ਮਦਦ ਕਿਹਨੇ ਕੀਤੀ ਹੈ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਕਹਿੰਦੇ ਪਰਮਾਤਮਾ ਨਾਲ ਮਿਲਣ ਵਿੱਚ ਜਿਹੜੀ ਸਹਾਇਤਾ ਹੈ ਉਹ ਸੰਤ ਜਨਾਂ ਨੇ ਕੀਤੀ ਹੈ, ਪੂਰੇ ਗੁਰੂ ਨੇ ਕੀਤੀ ਹੈ। ਕਿਉਂਕਿ ਪੂਰੇ ਗੁਰੂ ਨੇ ਨਾਮ ਦੀ ਦਾਤ ਬਖਸ਼ੀ ਹੈ, ਨਾਮ ਝੋਲੀ ਵਿੱਚ ਪਾਇਆ, ਉੱਤਮ ਬਖਸ਼ਿਆ, ਤੇ ਨਾਮ ਜਪ ਕੇ ਹਰੀ ਪਰਮਾਤਮਾ ਹਿਰਦੇ ਚ ਪ੍ਰਗਟ ਹੋਇਆ ਤੇ ਆਨੰਦ ਦੀ ਪ੍ਰਾਪਤੀ ਹੋਈ ਹੈ। ਤੇ ਹੁਣ ਜੀਵਨ ਕੈਸਾ ਬਣ ਗਿਆ? ਸੇਜ ਸੁਹਾਵੀ ਸਰਵ ਸੁੱਖ ਹੁਣ ਦੁੱਖਾਂ ਨਾਹੀਂ ਜਾਏ। ਕਹਿੰਦੇ ਉਹਨਾਂ ਦੀ ਹਿਰਦਾ ਰੂਪੀ ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਵੀ ਰੰਚਕ ਮਾਤਕ ਵੀ ਥਾਂ ਨਹੀਂ ਬਚਦੀ। ਕਿਉਂਕਿ ਜਦੋਂ ਆਨੰਦ ਪੈਦਾ ਹੋ ਗਿਆ, ਹਰੀ ਪਰਮਾਤਮਾ ਦਾ ਹਿਰਦੇ 'ਚ ਵਾਸਾ ਹੋ ਗਿਆ, ਫਿਰ ਚਿੰਤਾਵਾਂ ਤੋਂ ਮੁਕਤੀ, ਦੁੱਖਾਂ ਤੋਂ ਛੁਟਕਾਰਾ। ਫਿਰ ਕਹਿੰਦੇ ਹਰ ਵਕਤ ਉਹਨਾਂ ਦੇ ਜੀਵਨ ਵਿੱਚ ਆਨੰਦ ਬਣਿਆ ਰਹਿੰਦਾ, ਜੀਵਨ ਸੁੱਖਮਈ ਬਣਿਆ ਰਹਿੰਦਾ, ਉਹ ਚਿੰਤਾ ਤੋਂ ਰਹਿਤ ਹੋ ਕੇ ਜੀਵਨ ਬਤੀਤ ਕਰਦੇ ਨੇ। ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਵੀ ਚਿੰਤਾ ਕਰਨ ਦੇ ਨਾਲ ਕੁਝ ਬਣਦਾ ਨਹੀਂ, ਨਾ ਕੁਝ ਬਣਿਆ ਤੇ ਨਾ ਕੁਝ ਭਾਈ ਬਣੇਗਾ। ਕਿਉਂਕਿ ਉਹਨਾਂ ਨੂੰ ਬਾਣੀ ਪੜ੍ਹ ਕੇ ਸਮਝ ਲੱਗਦੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਉਹ ਦੁੱਖਾਂ ਤੋਂ ਬਚ ਜਾਂਦੇ ਨੇ। ਕਿਉਂਕਿ ਜਿਹਨੂੰ ਨਾਮ ਦੀ ਭੁੱਖ ਲੱਗਣ ਲੱਗ ਗਈ, ਆਪਾਂ ਬਚਨ ਪੜ੍ਹਦੇ ਹਾਂ, ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ। ਜਿਹਨੂੰ ਨਾਮ ਦੀ ਭੁੱਖ ਲੱਗ ਗਈ, ਕਹਿੰਦੇ ਭੁੱਖ ਭਾਈ ਤੇਰੇ ਦੁੱਖਾਂ ਨੂੰ ਖਾ ਜਾਏਗੀ, ਭਾਵ ਨਾਮ ਜਪ ਕੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ ਤੈਨੂੰ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ, ਜੇ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸੈ ਮਨਿਆ। ਜਿਵੇਂ ਜਿਵੇਂ ਸਿਮਰੇਗਾ ਭਾਈ, ਨਾਮ ਹਿਰਦੇ ਚ ਵਸੇਗਾ, ਦੁੱਖਾਂ ਤੋਂ ਤੇਰੀ ਮੰਦ ਖਲਾਸੀ ਹੋਏਗੀ। ਅੱਗੇ ਸਤਿਗੁਰ ਜੀ ਕਿਰਪਾ ਕਰ ਰਹੇ ਨੇ, ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਕਹਿੰਦੇ ਉਹਨਾਂ ਜੀਵਾਂ ਦੀ ਜੋ ਵੱਡੇ ਭਾਗਾਂ ਵਾਲੇ ਨੇ, ਉਹਨਾਂ ਜੀਵ ਇਸ ਤਰ੍ਹਾਂ ਦੀ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਪਰਿਪੂਰਨ ਪਰਮਾਤਮਾ ਮਿਲ ਪੈਂਦਾ ਹੈ। ਦੇਖੋ ਜਿਹੜੇ ਜਗਿਆਸੂ ਨੇ ਨਾਮ ਜਪਣ ਵਾਲੇ, ਉਹਨਾਂ ਦੀ ਵੀ ਮਨ ਦੀ ਇੱਕ ਇੱਛਾ ਹੁੰਦੀ ਹੈ, ਉਹਨਾਂ ਦੀ ਵੀ ਮੰਜ਼ਿਲ ਹੁੰਦੀ ਹੈ ਜਗਿਆਸੂਆਂ ਦੀ। ਜਿੱਥੇ ਆਮ ਸੰਸਾਰੀ ਮਨੁੱਖ ਗੁਰੂ ਕੋਲ ਆ ਕੇ ਦੁਨਿਆਵੀ ਦਾਤਾਂ ਮੰਗਦਾ ਹੈ, ਉੱਥੇ ਜਿਹੜਾ ਭਗਤ ਹੈ, ਦਾਸ ਹੈ, ਭਜਨ ਬੰਦਗੀ ਕਰਨ ਵਾਲਾ, ਉਹ ਆ ਕੇ ਗੁਰੂ ਕੋਲੋਂ ਮਿਲਾਪ ਦੀ ਦਾਤ ਮੰਗਦਾ ਹੈ। ਕਹਿੰਦੇ ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ, ਕਿਉਂਕਿ ਉਹਨਾਂ ਦੇ ਹਿਰਦੇ ਘਰ ਵਿੱਚ ਹਰੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਜੋ ਗੁਰੂ ਸਾਹਿਬ ਨੇ ਸਾਨੂੰ ਉੱਪਰ ਸਮਝਾਇਆ ਹੈ। ਜਿਵੇਂ ਜਿਵੇਂ ਜਗਿਆਸੂ ਮਨ ਲਾ ਕੇ ਸੁਰਤ ਜੋੜ ਕੇ ਨਾਮ ਜਪਦਾ ਹੈ, ਤੇ ਹਿਰਦੇ ਚ ਪਰਿਪੂਰਨ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਆਖਦੇ ਨੇ ਉਹਨਾਂ ਵਡਭਾਗਣਾ ਜੀਵ ਇਸਤਰੀਆਂ ਦੀ ਮਨੋਕਾਮਨਾ ਪ੍ਰਭੂ ਪੂਰੀ ਕਰ ਦਿੰਦਾ ਹੈ। ਫਿਰ ਉਹਨਾਂ ਜੀਵਨ ਕੈਸਾ ਬਣਦਾ ਹੈ? ਮਿਲ ਸਹੀ ਆ ਮੰਗਲ ਗਾਵਹੀ ਗੀਤ ਗੋਬਿੰਦ ਆਲਾ। ਕਹਿੰਦੇ ਉਹ ਜੀਵ ਇਸਤਰੀਆਂ, ਉਹ ਭਾਗਾਂ ਵਾਲੇ ਮਨੁੱਖ
ਸਤਸੰਗੀਆਂ ਨਾਲ ਮਿਲ ਕੇ, ਗੁਰਮੁਖਾਂ ਦੇ ਨਾਲ ਮਿਲ ਕੇ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ, ਮਨ ਤਨ ਨੂੰ ਪ੍ਰਭੂ ਦੇ ਰੰਗ ਵਿੱਚ ਰੰਗਣਾ ਕੀਤਾ ਹੈ, ਪਰਿਪੂਰਨ ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਅਲਾਪਦੇ ਨੇ। ਆਤਮਕ ਆਨੰਦ ਪੈਦਾ ਕਰਨ ਵਾਲੀ ਉਹ ਗੁਰਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਸਵਾਸ ਸਵਾਸ ਕਹਿ ਸਕਦੇ ਹਾਂ ਨਾਮ ਜਪਦੇ ਨੇ। ਉਹ ਗੁਰੂ ਕੋਲੋਂ ਆ ਕੇ ਨਾਮ ਦੀ ਦਾਤ ਮੰਗਦੇ ਨੇ। ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਸੰਗ ਚ ਇੱਕ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ, ਗੁਰੂ ਕੋਲ ਆ ਕੇ ਦੁਨਿਆਵੀ ਦਾਤਾਂ ਅਸੀਂ ਮੰਗਦੇ ਹਾਂ, ਮੰਗਣੀਆਂ ਚਾਹੀਦੀਆਂ ਨੇ। ਬੱਚੇ ਆਪਣੇ ਪਿਓ ਕੋਲ ਮੰਗਦੇ ਨੇ, ਚ ਕੋਈ ਸੰਕੋਚ ਨਹੀਂ, ਕੋਈ ਸ਼ਰਮ ਨਹੀਂ ਸਾਨੂੰ ਕਰਨੀ ਚਾਹੀਦੀ, ਪਰ ਗੁਰੂ ਕੋਲ ਆ ਕੇ ਸਾਨੂੰ ਨਾਮ ਦੀ ਦਾਤ ਵੀ ਮੰਗਣੀ ਚਾਹੀਦੀ ਹੈ। ਜਿਹਨੂੰ ਪਰਮੇਸ਼ਰ ਨਾਮ ਬਖਸ਼ ਦਿੰਦਾ ਹੈ ਉਹਨੂੰ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹਨੂੰ ਰੱਜ ਆ ਜਾਂਦਾ ਹੈ। ਉਹਨੂੰ ਬਿਨਾਂ ਮੰਗਿਆਂ ਸਭ ਕੁਝ ਪਰਮੇਸ਼ਰ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ। ਅੱਗੇ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ, ਹਰ ਜਿਹਾ ਅਵਰ ਨਾ ਦਿਸੇ ਕੋਈ ਦੂਜਾ ਲਵੈ ਨਾ ਲੈ। ਕਹਿੰਦੇ ਉਹਨਾਂ ਨੂੰ ਇੱਕ ਗੱਲ ਦੀ ਸਮਝ ਲੱਗ ਜਾਂਦੀ ਹੈ ਵੀ ਹਰੀ ਪਰਮਾਤਮਾ ਵਰਗਾ ਹੋਰ ਕੋਈ ਉਸਦੀ ਜੋ ਬਰਾਬਰੀ ਕਰ ਸਕਦਾ ਹੋਵੇ, ਕਹਿੰਦੇ ਦੂਜਾ ਕੋਈ ਹੋਰ ਉਹਨਾਂ ਨੂੰ ਦਿਸਦਾ ਨਹੀਂ, ਕਿਉਂਕਿ ਉਹ ਬੇਅੰਤ ਹੈ, ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ। ਉਸ ਇਕੱਲੇ ਨੇ ਸਾਰੇ ਸੰਸਾਰ ਨੂੰ ਸਿਰਜਿਆ, ਸਿਰਜਣ ਤੋਂ ਬਾਅਦ ਸਮਸਤ ਜੀਵਾਂ ਨੂੰ ਰਿਜਕ ਵੀ ਦੇ ਰਿਹਾ ਹੈ। ਬਚਨ ਆਪਾਂ ਪੜ੍ਹਦੇ ਹਾਂ ਨਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੇ ਅਗਣਤ ਭਰੇ ਪੰਡਾ। ਗੁਰੂ ਨਾਨਕ ਪਾਤਸ਼ਾਹ ਵੀ ਬਚਨ ਕਰਦੇ ਨੇ ਜਪਜੀ ਸਾਹਿਬ ਦੇ ਅੰਦਰ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਈ। ਸਮਝ ਲੱਗਦੀ ਹੈ ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ ਜੋ ਸਭਨਾਂ ਦੀਆਂ ਅਰਦਾਸਾਂ ਸੁਣ ਕੇ ਪੂਰੀਆਂ ਕਰ ਸਕਦਾ ਹੋਵੇ। ਅੱਗੇ ਗੁਰੂ ਸਾਹਿਬ ਆਖਦੇ ਨੇ, ਹਾਲਤ ਪਾਲਤ ਸਵਾਰੇ ਉਹਨੂੰ ਨਿਸ਼ਚਲ ਦਿੱਤੀਆਂ ਨਾ ਜਾਏ, ਕਿਉਂਕਿ ਉਹ ਇੰਨਾ ਬੇਅੰਤ ਹੈ। ਗੁਰੂ ਸਾਹਿਬ ਆਖਦੇ ਨੇ, ਉਹਨਾਂ ਜੀਵ ਇਸਤਰੀਆਂ ਨੂੰ, ਉਹਨਾਂ ਜਗਿਆਸਿਆਂ ਨੂੰ ਇਹ ਸਮਝ ਲੱਗਦੀ ਹੈ ਵੀ ਉਸ ਪਰਮਾਤਮਾ ਨੇ ਉਹਨਾਂ ਸਤਸੰਗੀਆਂ ਦਾ ਲੋਕ ਪ੍ਰਲੋਕ ਸਵਾਰ ਦਿੱਤਾ, ਉਹਨਾਂ ਨੂੰ ਆਪਣੇ ਚਰਨਾਂ ਦੀ ਲਿਵ ਲੀਨਤਾ ਵਾਲੀ ਐਸੀ ਥਾਂ ਬਖਸ਼ੀ ਹੈ ਜਿੱਥੇ ਫਿਰ ਮਨੁੱਖ ਡੋਲਦਾ ਨਹੀਂ। ਉਹਨਾਂ ਨੂੰ ਸਮਝ ਲੱਗ ਜਾਂਦੀ ਹੈ, ਕਿਉਂਕਿ ਜਿਹਨਾਂ ਨੇ ਨਾਮ ਜਪੇ ਹੈ। ਆਪਾਂ ਬਚਨ ਪੜ੍ਹਦੇ ਹਾਂ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ। ਜਿਸ ਪਰਿਪੂਰਨ ਪਰਮਾਤਮਾ ਨੇ ਹਿਰਦੇ ਘਰ ਵਿੱਚ ਪ੍ਰਗਟ ਹੋ ਕੇ ਆਤਮਕ ਆਨੰਦ ਪੈਦਾ ਕਰ ਦਿੱਤਾ ਹੈ, ਜੀਵ ਜਿਸ ਆਤਮਕ ਆਨੰਦ ਨੂੰ ਮੰਨਦਾ ਹੈ, ਉੱਥੇ ਗੁਰੂ ਸਾਹਿਬ ਆਖਦੇ ਨੇ ਨਾਲ ਨਾਲ ਪਰਮਾਤਮਾ ਉਸ ਜੀਵ ਦਾ, ਉਸ ਮਨੁੱਖ ਦਾ ਲੋਕ ਪ੍ਰਲੋਕ ਵੀ ਸਵਾਰ ਦਿੰਦਾ ਹੈ, ਅਡੋਲਤਾ ਵਾਲੀ ਥਾਂ ਬਖਸ਼ ਦਿੰਦਾ। ਕਿ ਆਖਦੇ ਨੇ, ਸੰਸਾਰ ਸਾਗਰ ਤੇ ਰੱਖਿਓਨ ਬੋਹੜ ਨਾ ਜਨਮੈ ਤਾਏ। ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ, ਜਨਮਾਂ ਦੇ ਗੇੜ ਵਿੱਚ ਮੁੜ ਉਹਨਾਂ ਨੂੰ ਦੌੜ ਭੱਜ ਨਹੀਂ ਕਰਨੀ ਪੈਂਦੀ।
ਭਾਵ ਬਾਰ ਬਾਰ ਜਨਮ ਲੈ ਕੇ ਸੰਸਾਰ ਤੇ ਆਉਣਾ ਮਰਨਾ ਆਵਾਗਮਨ ਉਹਨਾਂ ਦਾ ਕੱਟਿਆ ਜਾਂਦਾ ਹੈ ਜਿਹਨੂੰ ਆਪਾਂ ਆਖਦੇ ਉਹ ਜਿਉਂਦੇ ਜੀ ਨਾਮ ਜਪ ਕੇ 84 ਕੱਟ ਲੈਂਦੇ ਨੇ ਪਰਮੇਸ਼ਰ ਉਹਨਾਂ ਨੂੰ ਮੋਹ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ ਉਹ ਨਿਜ ਘਰ ਨੂੰ ਪ੍ਰਾਪਤ ਕਰ ਲੈਂਦੇ ਨੇ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬੋਹਰ ਨਾ ਹੋਏਗੋ ਫੇਰਾ ਪੱਕੇ ਤੌਰ ਤੇ ਪ੍ਰਭੂ ਚਰਨਾਂ ਵਿੱਚ ਉਹ ਲਵਲੀਨ ਹੋ ਜਾਂਦੇ ਪ੍ਰਭੂ ਚਰਨਾਂ ਚ ਅਭੇਦ ਹੋ ਜਾਂਦੇ ਅੱਗੇ ਗੁਰੂ ਸਾਹਿਬ ਆਖਦੇ ਨੇ ਇੰਨਾ ਬੇਅੰਤ ਹੈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਹੇ ਨਾਨਕ ਸਾਡੀ ਇੱਕ ਜੀਵ ਹੈ ਇੱਕ ਰਸਨਾ ਹੈ ਪ੍ਰਭੂ ਅਨੇਕਾਂ ਗੁਣਾਂ ਦਾ ਮਾਲਕ ਹੈ ਉਹਦੇ ਵਿੱਚ ਅਨੇਕਾਂ ਗੁਣ ਹਨ ਅਸੀਂ ਉਹਨਾਂ ਨੂੰ ਇੱਕ ਜੀਵ ਦੇ ਨਾਲ ਬਿਆਨ ਨਹੀਂ ਕਰ ਸਕਦੇ ਜਿਹੜੇ ਜੀਵ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਉਹਦੇ ਚਰਨਾਂ ਨਾਲ ਜੁੜਦੇ ਨੇ ਉਹਦਾ ਆਸਰਾ ਲੈ ਕੇ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਪਰਿਪੂਰਨ ਪਰਮਾਤਮਾ ਭਾਵ ਸਾਗਰ ਤੋਂ ਪਾਰ ਕਰ ਦਿੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਈ ਹੈ ਇੱਕ ਜੀਵ ਹੈ ਹੇ ਵਾਹਿਗੁਰੂ ਇੱਕ ਰਸਨ ਹੈ ਸਾਡੇ ਕੋਲ ਤੇ ਤੁਹਾਡੇ ਬੇਅੰਤ ਗੁਣ ਨੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਤੇਰੇ ਗੁਣਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਅਖੀਰ ਤੇ ਕਿਰਪਾ ਕੀਤੀ ਹੈ ਸਤਿਗੁਰੂ ਜੀ ਨੇ ਫਾਲਗੁਣ ਨਿਤ ਸਾ ਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ ਗੁਰੂ ਸਾਹਿਬ ਆਖਦੇ ਨੇ ਫੱਗਣ ਦੇ ਮਹੀਨੇ ਵਿੱਚ ਹੋਲੀਆਂ ਆਦਿਕ ਵਿੱਚੋਂ ਜੋ ਆਤਮਕ ਆਨੰਦ ਲੱਭਦੇ ਨੇ ਕਹਿੰਦੇ ਉਸ ਦੀ ਥਾਂ ਸਦਾ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਸਿਫ਼ਤ ਸਲਾਹ ਕਰਨੀ ਚਾਹੀਦੀ ਹੈ ਬੰਦਗੀ ਕਰਨੀ ਚਾਹੀਦੀ ਹੈ ਇਬਾਦਤ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰੱਤਾ ਭਰ ਵੀ ਕਹਿੰਦੇ ਲਾਲਚ ਨਹੀਂ ਹੈ ਨਾਮ ਜਪਾਂਗੇ ਉਹਦੇ ਸਾਡਾ ਭਲਾ ਨਹੀਂ ਜਪਾਂਗੇ ਨੁਕਸਾਨ ਸਾਡਾ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਮ ਜਪਾਂਗੇ ਉਹਨੇ ਵੱਡਾ ਨਹੀਂ ਹੋ ਜਾਣਾ ਨਹੀਂ ਜਪਾਂਗੇ ਤੇ ਉਹਨੇ ਘੱਟ ਨਹੀਂ ਜਾਣਾ ਅਸੀਂ ਨਾਮ ਆਪਣੇ ਵਾਸਤੇ ਜਪਣਾ ਆਪਣੇ ਭਲੇ ਵਾਸਤੇ ਜਪਣਾ ਗੁਰੂ ਸਾਹਿਬ ਆਖਦੇ ਨੇ ਅੱਗੇ ਕਿਰਪਾ ਕੀਤੀ ਹੈ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਸਰੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਰਾਸ ਕਰ ਦਿੰਦਾ ਉਹਨਾਂ ਦੇ ਸਾਰੇ ਕਾਰਜ ਕੰਮ ਸਫਲ ਹੋ ਜਾਂਦੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੀ ਜਿਨ੍ਹਾਂ ਨੇ ਪ੍ਰਭੂ ਪੂਰੇ ਗੁਰੂ ਨੂੰ ਆਰਾਧਿਆ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦੇ ਨੇ ਬੇਦਾਗ ਹੋ ਕੇ ਜਾਂਦੇ ਨੇ ਨਹੀਂ ਤਾਂ ਆਪਾਂ ਬਚਨ ਪੜ੍ਹਦੇ ਹਾਂ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾ ਹੀ ਜਾਏ ਨਹੀਂ ਟਿਕਾਣਾ ਮਿਲਦਾ ਜੇ ਜਿਉਂਦੇ ਜੀ ਨਾਮ ਨਹੀਂ ਜਪਿਆ ਹੋਵੇਗਾ ਅੱਗੇ ਕਿਰਪਾ ਕੀਤੀ ਹੈ ਸਰਵ ਸੁਖਾਂ ਨਿਧ ਚਰਨ ਹਰ ਭੌਜਲ ਬਿਖਮ ਤਰੇ ਕਹਿੰਦੇ ਪ੍ਰਭੂ ਦੇ ਚਰਨਾਂ ਵਿੱਚ ਹੀ ਸਾਰੇ ਸੁੱਖ ਨੇ ਵਾਹਿਗੁਰੂ ਦਾ ਨਾਮ ਹੀ ਸੁੱਖਾਂ ਦਾ ਖਜ਼ਾਨਾ ਹੈ ਜਿਹੜੇ ਜੀਵ ਵਾਹਿਗੁਰੂ ਦੇ ਚਰਨੀ ਲੱਗ ਕੇ ਸਵਾਸ ਸਵਾਸ ਨਾਮ ਜਪਦੇ ਨੇ ਉਹ ਸੰਸਾਰ ਸਮੁੰਦਰ ਤੋਂ ਪਾਰ ਤਾਂ ਲੰਘਦੇ ਹੀ ਨੇ ਉੱਤੇ ਕਹਿੰਦੇ ਆਤਮਕ ਸੁੱਖ ਵੀ ਮਾਣਦੇ ਨੇ ਆਤਮਕ ਆਨੰਦ ਦੀ ਵੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾ ਹਿਜਰੇ ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਦੀ ਦਾਤ ਪ੍ਰਾਪਤੀ ਹੁੰਦੀ ਹੈ
ਭਗਤੀ ਦਾਤ ਉਹਨਾਂ ਨੂੰ ਮਿਲਦੀ ਹੈ। ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਉਹ ਨਹੀਂ ਸੜਦੇ, ਉਹਨਾਂ ਦੀ ਤ੍ਰਿਸ਼ਨਾ ਵਾਲੀ ਅੱਗ ਬੁੱਝ ਜਾਂਦੀ ਹੈ। ਦਵੈਸ ਭਾਵਨਾ ਈਰਖਾ ਜਿਹਦੇ ਵਿੱਚ ਮਨੁੱਖ ਦਿਨ ਰਾਤ ਸੜਦਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅੱਗ, ਕਹਿੰਦੇ ਇਹ ਅੱਗ ਸ਼ਾਂਤ ਹੋ ਜਾਂਦੀ ਹੈ। ਕੂੜ ਗਏ ਦੁਬਧਾ ਨਸੀ ਪੂਰਨ ਸੱਚ ਪਰੇ, ਉਹਨਾਂ ਦੇ ਜੀਵਨ ਚ ਤਬਦੀਲੀ ਆਉਂਦੀ ਹੈ। ਵਿਅਰਥ ਦੇ ਝੂਠੇ ਲਾਲਚ ਉਹਨਾਂ ਦੇ ਜੀਵਨ ਵਿੱਚੋਂ ਖਤਮ ਹੋ ਜਾਂਦੇ ਨੇ, ਝੂਠ ਮੁੱਕ ਜਾਂਦਾ ਹੈ, ਉਹਨਾਂ ਦੇ ਮਨ ਦੀ ਪਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਹਰੀ ਪਰਮਾਤਮਾ ਦੇ ਨਾਮ ਵਿੱਚ ਟਿਕ ਜਾਂਦੇ ਨੇ, ਉਹਨਾਂ ਦਾ ਹਿਰਦਾ ਨੱਕੋ ਨੱਕ ਸੱਚ ਨਾਲ ਭਰ ਜਾਂਦਾ ਹੈ, ਪਰਮੇਸ਼ਰ ਦੇ ਨਾਮ ਨਾਲ ਭਰ ਜਾਂਦਾ ਹੈ, ਹਿਰਦੇ ਵਿੱਚ ਝੂਠ ਮੁੱਕ ਜਾਂਦਾ ਹੈ। ਜੋ ਮਨੁੱਖੀ ਸੁਭਾਅ ਹੈ, ਮਨੁੱਖ ਪੈਰ ਪੈਰ ਤੇ ਬੇਮਤਲਬ ਝੂਠ ਬੋਲਦਾ ਹੈ, ਪਰ ਜਦੋਂ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਫਿਰ ਸਮਝ ਲੱਗਦੀ ਹੈ ਸਾਨੂੰ ਸੱਚ ਬੋਲਣਾ ਭਾਈ। ਉਹਨਾਂ ਦੇ ਅੰਦਰ ਕੂੜ ਗਏ ਝੂਠ ਮੁੱਕ ਜਾਂਦਾ, ਦੁਬਧਾ ਮੁੱਕ ਜਾਂਦੀ ਹੈ, ਉਹ ਪੂਰਨ ਤੌਰ ਤੇ ਉਹਨਾਂ ਦਾ ਹਿਰਦਾ ਪਰਮੇਸ਼ਰ ਦੇ ਨਾਮ ਦੇ ਨਾਲ ਨੱਕੋ ਨੱਕ ਭਰ ਜਾਂਦਾ। ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ, ਆਪਣੇ ਮਨ ਵਿੱਚ ਇੱਕੋ ਪਰਮ ਜੋਤ ਪਰਮਾਤਮਾ ਨੂੰ ਵਸਾ ਕੇ ਉਸਨੂੰ ਸਿਮਰਦੇ ਨੇ, ਇੱਕ ਨਾਲ ਜੁੜ ਜਾਂਦੇ ਨੇ। ਮਹਾਨ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਇਹ ਸਾਡੇ ਮਨ ਦਾ ਵਹਿਮ ਹੈ, ਕਈ ਵਹਿਮ ਕਰਦੇ ਨੇ ਇਹ ਦਿਨ ਚੰਗਾ ਇਹ ਮਹੀਨਾ ਚੰਗਾ, ਗੁਰੂ ਸਾਹਿਬ ਨੇ ਸਮਝਾ ਦਿੱਤਾ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਕਰਦਾ, ਮਿਹਰ ਦੀ ਨਜ਼ਰ ਕਰਦਾ, ਆਪਣੇ ਨਾਮ ਦੀ ਨਾਤ ਨਾਮ ਦੀ ਦਾਤ ਜਿਹਨੂੰ ਬਖਸ਼ਦਾ, ਉਹਨਾਂ ਵਾਸਤੇ ਕਹਿੰਦੇ ਸਾਰੇ ਮਹੀਨੇ ਸਾਰੇ ਦਿਨ ਸਾਰੇ ਹੀ ਮਹੂਰਤ ਸੁਲੱਖਣੇ ਨੇ, ਚੰਗੇ ਨੇ। ਉਹ ਫਿਰ ਇਸ ਭੁਲੇਖੇ ਵਿੱਚ ਨਹੀਂ ਪੈਂਦੇ ਵੀ ਇਹ ਦਿਨ ਚੰਗਾ ਇਹ ਦਿਨ ਮਾੜਾ। ਗੁਰਬਾਣੀ ਕਹਿੰਦੀ ਹੈ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਵਾਹਿਗੁਰੂ ਯਾਦ ਆ ਗਿਆ ਤੇ ਦਿਨ ਚੰਗਾ, ਵਾਹਿਗੁਰੂ ਨੂੰ ਭੁੱਲ ਗਿਆ ਤੇ ਕਹਿੰਦੇ ਸਾਰੀ ਰੋਤੀ ਤੇਰੇ ਲਈ ਮਾੜੀ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਹੁਣ ਗੁਰੂ ਸਾਹਿਬ ਆਖਦੇ ਨੇ ਹੇ ਪਰਮਾਤਮਾ ਮੇਰੇ ਤੇ ਕਿਰਪਾ, ਗੁਰੂ ਗੁਰੂ ਸਾਹਿਬ ਆਖਦੇ ਨੇ ਮੈਂ ਨਾਨਕ ਵੀ ਤੇਰੇ ਕੋਲੋਂ ਤੇਰੇ ਦਰ ਤੋਂ ਤੇਰੇ ਦੀਦਾਰ ਦੀ ਦਰਸ਼ਨਾਂ ਦੀ ਦਾਤ ਮੰਗਦਾ। ਗੁਰੂ ਸਾਹਿਬ ਤਾਂ ਪਰਮੇਸ਼ਰ ਰੂਪ ਸਨ, ਉਹਨੇ ਸਾਨੂੰ ਸਮਝਾਉਣ ਵਾਸਤੇ ਕਿਰਪਾ ਕੀਤੀ ਹੈ ਵੀ ਸਾਨੂੰ ਗੁਰੂ ਕੋਲ ਆ ਕੇ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ, ਪਰਮੇਸ਼ਰ ਦਾ ਨਾਮ ਮੰਗਣਾ ਚਾਹੀਦਾ। ਸੋ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਹੈ ਭਾਈ ਜੇ ਆਤਮਕ ਆਨੰਦ ਨੂੰ ਮਾਣਨਾ ਚਾਹੁੰਦਾ ਹੈ, ਆਤਮਕ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ, ਫਿਰ ਭਾਈ ਨਾਮ ਜਪ ਸਵਾਸ ਸਵਾਸ ਪਰਮੇਸ਼ਰ ਨੂੰ ਆਰਾਧ, ਫਿਰ ਤੇਰੇ ਤੇ ਕਿਰਪਾ ਵਰਤੇਗੀ। ਸੋ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰੀਏ, ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ ਸਾਡਾ ਸਾਰਿਆਂ ਲਈ ਸਮੁੱਚੇ ਸੰਸਾਰ ਲਈ ਆਨੰਦਮਈ ਸੁਖਮਈ ਬਾਣੀ ਪੜ੍ਹਦਿਆਂ ਦਾ ਬਤੀਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।